ਕਿਸਾਨ ਅੰਦੋਲਨ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਦਿੱਲੀ ਦੇ ਬਾਰਡਰ ਤੇ ਇਹ ਹਾਈ ਟੈਕ ਟਰਾਲੀ ਵੀ ਸਾਨੂੰ ਮਿਲੀ ਹੈ ਜਿੱਥੇ ਸੋਲਰ ਪੈਨਲ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਰਾਲੀ ਵਿੱਚ ਹੋਰ ਕੀ ਕੁਝ ਹੈ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਇਹ ਟਰਾਲੀ ਸਾਨੂੰ ਪਤਾ ਲੱਗਿਆ ਕਿ ਬੜੀ ਹਾਈ ਟੈਕ ਹੈ ਤੇ ਇਹਦੇ ਵਿੱਚ ਕੀ ਕੁਝ ਹੈਗਾ ਮੈਂ ਇਸ ਟਰਾਲੀ ਦੇ ਅੰਦਰ ਜਾਣ ਦੀ ਵੀ ਕੋਸ਼ਿਸ਼ ਕਰੂੰਗਾ ਤੇ ਅੰਦਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅੰਦਰ ਇਹ ਟਰਾਲੀ ਨੂੰ ਹਾਈ ਟੈਕ ਕਿਉਂ ਕਿਹਾ ਜਾ ਰਿਹਾ ਹੈ ਆਜੋ ਪਾਈਸਾਬ ਆ ਸਕਦੇ ਸੀ ਅੰਦਰ ਇਹ ਪਾਈਸਾਬ ਬੈਠੇ ਆ ਅਸੀਂ ਇਹਨਾਂ ਦੀ ਯਾਤ ਦੇ ਨਾਲ ਟਰਾਲੀ ਦੇ ਅੰਦਰ ਆਏ ਆ ਤੇ ਤਸਵੀਰਾਂ ਚ ਤੁਹਾਨੂੰ ਦਿਖਾ ਦਈਏ ਏਸੀ ਵੀ ਲੱਗਿਆ ਹੋਇਆ ਇੱਥੇ ਤੇ ਏਸੀ ਤੋਂ ਇਲਾਵਾ ਆ ਜਿਹੜੇ ਸਵਿਚ ਤੁਹਾਨੂੰ ਦੇਖ ਰਹੇ ਆ ਮੈਨੂੰ ਲੱਗਦਾ ਸੋਲਰ ਪੈਨਲ ਦੇ ਨਾਲ ਹੀ ਚੱਲਦੇ ਹੋਣਗੇ ਬਾਕੀ ਇਹਨਾਂ ਤੋਂ ਜਾਣਕਾਰੀ ਲਵਾਂਗੇ ਅਸੀਂ ਤੇ ਇੱਥੇ ਮੈਨੂੰ ਲੱਗਦਾ ਟੀਵੀ ਦੀ ਜਗ੍ਹਾ ਬਣਾਈ ਗਈ ਹੈ LED ਦੀ ਤੇ ਇੱਥੇ ਵਿੰਡੋ ਏਸੀ ਦੀ ਵੀ ਜਗ੍ਹਾ ਬਣਾਈ ਗਈ ਹੈ ਤੇ ਗੱਦੇ ਲੱਗੇ ਹੋਇਆ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਸੰਦੀਪ ਸਿੰਘ ਜੀ ਟਰਾਲੀ ਦੇ ਵਿੱਚ ਤੁਸੀਂ ਆਰਾਮ ਕਰ ਰਹੇ ਹੋ ਜਾਂ ਟਰਾਲੀ ਤੁਸੀਂ ਬਣਾਈ ਆ ਜੀ ਟਰਾਲੀ ਦੇ ਵਿੱਚ ਆ ਜੀ ਅਸੀਂ ਬਣਾਈ ਆ ਟਰਾਲੀ ਔਰ ਪਿਲੀਪੀ ਉਪੀ ਤੋਂ ਅਸੀਂ ਆਏ ਆ ਔਰ ਇਹ ਟਰਾਲੀ ਬਣਾ ਕੇ ਲੈ ਕੇ ਆਏ ਆ ਔਰ ਹਾਂਜੀ ਇਸ ਅੰਦੋਲਨ ਦੇ ਵਿੱਚ ਮਕਸਦ ਕੀ ਹੈ ਟਰਾਲੀ ਬਣਾਉਣ ਦਾ ਤੁਸੀਂ ਤਾਂ ਏਸੀ ਉਸੀ ਲਾਇਆ ਸਾਰਾ ਕੁਝ ਇੱਥੇ ਦੇਖੋ ਜੀ ਮਕਸਦ ਇਹ ਆ ਜੀ ਇਹ ਕਿਸਾਨਾਂ ਦੀ ਜਿਹੜੀ ਲੜਾਈ ਹੈ ਬਹੁਤ ਲੰਬੀ ਲੜਾਈ ਹੈ ਇਹ ਸੋਚ ਕੇ ਅਸੀਂ ਪੂਰੀ ਤਿਆਰੀ ਦੇ ਨਾਲ ਅਸੀਂ ਆਏ ਆ ਇਹ ਜਿੰਨਾ ਮਰਜੀ ਲੰਬਾ ਅੰਦੋਲਨ ਚੱਲੇਗਾ ਪਰ ਅਸੀਂ ਇੱਥੋਂ ਹਟਣ ਵਾਲੇ ਨਹੀਂ ਹੈਗੇ ਉਸ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਇਹ ਟਰਾਲੀ ਤਿਆਰ ਕੀਤੀ ਗਈ ਹੈ ਇਹ ਏਸੀ ਦੀ ਲੋਡ ਹੈਗੀ ਹੈ ਮੌਸਮ ਤਾਂ ਹੁਣ ਬਦਲ ਗਿਆ ਦੇਖੋ ਜੀ ਇਹ ਅਸੀਂ ਏਸੀ ਸਾਨੂੰ ਵੀ ਪਤਾ ਹੈ ਵੀ ਹੁਣ ਸਿਆਲਾਂ ਦਾ ਟਾਈਮ ਹੈ ਲੇਕਿਨ ਏਸੀ ਦੀ ਲੋਡ ਨਹੀਂ ਹੈ ਪਰ ਇਹ ਸਰਕਾਰ ਨੂੰ ਸੰਦੇਸ਼ ਹੈ ਅਸੀਂ ਇੰਨੀ ਲੰਬੀ ਤਿਆਰੀ ਕਰਕੇ ਆਏ ਆ ਅਗਰ ਇਹ ਗਰਮੀਆਂ ਤੱਕ ਵੀ ਮਈ ਜੂਨ ਤੱਕ ਵੀ ਚੱਲੂਗਾ ਤੇ ਅਸੀਂ ਇਸ ਅੰਦolan ਤੋਂ ਪਿੱਛੇ ਨਹੀਂ ਹਟਾਂਗੇ ਇਸ ਕਰਕੇ ਅਸੀਂ ਇਹ ਸੀਸੀ ਲੈ ਕੇ ਆਏ ਆ ਇੰਨੀ ਤਿਆਰੀ ਕਰਕੇ ਆਏ ਆ ਮਾੜਾ ਤੁਸੀਂ ਖੜੇ ਹੋ ਸਕਦੇ ਹੋ ਜੀ ਹਾਂ ਜੀ ਸੰਦੀਪ ਜੀ ਮੈਨੂੰ ਇਹ ਦੱਸੋ ਜਿਹੜੀ ਜਿੰਨੀ ਮੈਨੂੰ ਸਮਝ ਆ ਆ ਮੈਨੂੰ ਐ ਲੱਗਦਾ ਕਿ ਵਿੰਡੋ ਏਸੀ ਵਾਲਾ ਪੁਆਇੰਟ ਲੱਗਦਾ ਪਏ ਮੈਨੂੰ ਆਹ ਤੇ ਆ ਮੈਨੂੰ ਐ ਲੱਗਦਾ ਪਏ ਕਿ ਇੱਥੇ ਐਲਈਡੀ ਇੱਥੇ ਐਕਚੁਅਲੀ ਐਲਈਡੀ ਤੇ ਤੁਸੀਂ ਲਾਹ ਦਿੱਤੀ ਐਲਈਡੀ ਲਾਈ ਸੀਗੀ ਅਸਲ 'ਚ ਥੋੜਾ ਜਿਹਾ মিডিਆ ਵਾਲੇ ਕਹਿ ਰਹੇ ਸੀ ਬੜੀ ਹਾਈ ਟੈਕ ਔਰ ਟਰਾਲੀ ਆ ਇਹ ਕਿਸਾਨ ਬੜੇ ਵੀਆਈਪੀ ਆ ਉਹ ਸਭ ਚੀਜ਼ ਨੂੰ ਦੇਖਦੇ ਹੋਏ ਅਸੀਂ ਉਹ ਲਾਹ ਦਿੱਤੀ ਆ ਪਰ ਲਾਈ ਤਾਂ ਅਸੀਂ ਇਸ ਕਰਕੇ ਸੀ ਵੀ ਨਿਊਜ਼ ਅਸੀਂ ਦੇਖ ਸਕੀਏ ਤੇ ਉਹ ਜ਼ਰੂਰਤ ਲੱਗੂਗੀ ਹੁਣ ਅਸੀਂ ਲਾ ਦਵਾਂਗੇ ਇਹਨੂੰ ਕੋਈ ਗੱਲ ਨਹੀਂ ਕਿਹੜੇ মিডিਆ ਵਾਲੇ ਅਸੀਂ ਤਾਂ ਨਹੀਂ ਆਏ ਸੀ ਨਹੀਂ 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 ਸਾਨੂੰ ਪਤਾ ਹੀ ਆ ਤਿੰਨ ਚਾਰ মিডিਆ ਚੈਨਲ ਵਾਲੇ ਹੈਗੇ ਆ ਜਿਨ੍ਹਾਂ ਨੇ ਸਾਰਾ ਮਾਹੌਲ ਖਰਾਬ ਕੀਤਾ ਪਿਆ ਹੈ ਆਪਣੇ ਇੰਡੀਆ ਦਾ ਮੈਨੂੰ ਇਹ ਦੱਸੋ ਸੰਦੀਪ ਜੀ ਤੁਸੀਂ ਆਹ ਐਡੇ ਪੁਆਇੰਂਟ ਰੱਖੇ ਹੋਏ ਇੱਥੇ ਇਹ 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 ਪੁਆਇੰਂਟਸ ਦਾ ਕੀ ਮਤਲਬ ਆ ਜਿਹੜੇ ਆ ਪੁਆਇੰਂਟਸ ਰੱਖੇ ਹੋਏ ਦੇਖੋ ਜੀ ਇਹ ਪੁਆਇੰਂਟ ਜਿਹੜਾ ਆ ਜੀ ਇਹ ਅਸੀਂ ਫ੍ਰਿਜ ਵਾਸਤੇ ਆ ਜੀ ਇੱਥੇ ਫ੍ਰਿਜ ਲਾ ਸਕਦੇ ਆ ਜੀ ਔਰ ਆ ਸਾਰੇ ਸਾਡੇ ਟੀਵੀ ਟੀਵੀ ਲਈ ਹੋ ਗਿਆ ਏਸੀ ਲਈ ਹੋ ਗਿਆ ਜੀ ਆ ਜਿਹੜੇ ਪੁਆਇੰਟ ਹੈ ਜੀ ਅਗਰ ਜ਼ਰੂਰਤ ਪਈ ਤਾਂ ਪੱਖੇ ਜਿਹੜੇ ਹੁੰਦੇ ਆ ਛੋਟੇ ਪੱਖੇ ਅਸੀਂ ਆ ਦੇਖੋ ਉਹਨਾਂ ਦੀ ਪੂਰੀ ਤਿਆਰੀ ਕਰਕੇ ਆ ਇੱਥੇ ਟੰਕ ਕੇ ਉਹਨਾਂ ਨੂੰ ਆਪਾਂ ਲਾ ਸਕਦੇ ਹਾਂ ਪੁੱਛ ਰਹੀ ਸੰਦੀਪ ਜੀ ਮਾਫ ਕਰਨਾ ਮੈਂ ਇਹ ਤਸਵੀਰਾਂ ਦੇਖ ਕੇ ਆਇਆ ਸੀਗਾ ਅੱਛਾ ਜੀ ਇਹ ਗੂਗਲ ਤੇ ਬਹੁਤ ਘੰਗੀਆਂ ਪਈਆਂ ਮੈਂ ਤਸਵੀਰਾਂ ਦੇਖ ਕੇ ਆਇਆ ਸੀਗਾ ਤਾਂ ਹੀ ਮੈਂ ਪੁੱਛਿਆ ਤਾਂ ਹੀ ਮੈਨੂੰ ਜਾਣਕਾਰੀ ਵੀ ਇੱਥੇ ਤੇ ਆ ਚੀਜ਼ਾਂ ਲੱਗੀਆਂ ਹੋਈਆਂ ਸੀਗੀਆਂ ਪਰ ਮੈਨੂੰ ਇਹ ਨਹੀਂ ਪਤਾ ਸੀਗਾ ਵੀ ਤੁਸੀਂ ਇਹ ਚੀਜ਼ਾਂ ਲਾਹ ਕੇ ਦਿੰਦੇ ਹੋ ਉਹ ਚਲੋ ਬਹੁਤ ਸਾਰੇ ਸਵਾਲ ਵੀ ਕਰ ਰਹੇ ਸੀਗੇ ਵੀ ਤੁਸੀਂ ਮਤਲਬ ਕਿਸਾਨ ਮਤਲਬ ਇੰਨੀ ਵੀਆਈਪੀ ਕਿਸਾਨ ਹੈ ਪਰ ਅਸੀਂ ਉਹਨਾਂ ਨੂੰ ਇਹ ਕਹਿਣਾ ਚਾ ਰਹੇ ਸੀਗੇ ਵੀ ਕੀ ਗੱਲ ਕਿਸਾਨ ਨਹੀਂ ਆਪਣੀ ਜ਼ਿੰਦਗੀ ਜੀ ਸਕਦਾ ਔਰ ਇਹ ਹਾਈ ਟੈਕ ਬਿਸ਼ੱਕ ਲੱਗ ਰਹੀ ਹੈ ਪਰ ਕੌਣ ਕਿਹਦਾ ਦਿਲ ਕਰਦਾ ਵੀ ਘਰੋਂ ਬਾਹਰ ਜਾ ਕੇ ਰਹਿਣਾ ਸਾਡੇ ਲਈ ਹਾਈ ਟੈਕ ਨਹੀਂ ਹੈ ਸਿਰਫ ਆਪਣੀ ਜ਼ਰੂਰਤ ਨੂੰ ਦੇਖਦੇ ਹੁੰਦੇ ਹੋਏ ਅਸੀਂ ਬਣਾਇਆ ਕਿਉਂਕਿ ਸਾਡੇ ਨਾਲ ਬਜ਼ੁਰਗ ਵੀ ਆਏ ਆ ਤੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇਹਦੇ ਵਿੱਚ ਠੰਡ ਨਾ ਲੱਗ ਸਕੇ ਉਹਨਾਂ ਨੂੰ ਇਸ ਕਰਕੇ ਅਸੀਂ ਇਹਨੂੰ ਸਪੈਸ਼ਲ ਤਿਆਰ ਕਰਾਇਆ ਇਹ ਜੀ ਵੈਂਟੀਲੇਸ਼ਨ ਹੈ ਪੂਰਾ ਜੀ ਜਾਲੀ ਇਹਦੇ ਅੰਦਰ ਲਾਈ ਹੋਈ ਹੈ ਤਾਂ ਕਿ ਮੱਛਰ ਕੀੜਾ ਨਾ ਅੰਦਰ ਆ ਸਕੇ ਪਿੱਛੇ ਡੋਰ ਤੇ ਵੀ ਅਸੀਂ ਲਾ ਰੱਖੀ ਹੈ ਸੋਲਰ ਪੈਨਲ ਮੈਂ ਤੁਹਾਡਾ ਦੇਖ ਕੇ ਆ ਬਾਹਰ ਜਿੰਨਾ ਕਿ ਮੈਨੂੰ ਅੰਦਾਜ਼ਾ ਉਹ ਕੋਈ ਜ਼ਿਆਦਾ ਲੋਡ ਵਾਲਾ ਨਹੀਂ ਹੈਗਾ ਉਹਦੇ ਏਸੀ ਤਾਂ ਚੱਲਣਾ ਹੀ ਨਹੀਂਗਾ ਦੇਖੋ ਜੀ ਏਸੀ ਜਦੋਂ ਲੋਡ ਲੱਗੀ ਤਾਂ ਅਸੀਂ ਜਨਰੇਟਰ ਅਰੇਂਜ ਕਰ ਲਾਂਗੇ ਸੋਲਰ ਪੈਨਲ ਵੀ ਵੱਡੇ ਹੈਗੇ ਆ ਜਰੂਰ ਲੱਗੀ ਕੋਈ ਨਾ ਕੋਈ ਇੰਤਜ਼ਾਮ ਕਰ ਲਿਆ ਜਾਊਗਾ ਪਰ ਅੰਦোলন ਜਿਹੜਾ ਇਦਾਂ ਹੀ ਚੱਲਦਾ ਰਹੂਗਾ ਬੈਠ ਜਾਓ ਹੁਣ ਤੁਸੀਂ ਤੁਹਾਨੂੰ ਤਕਲੀਫ ਦਿੱਤੀ ਮੈਂ ਉਠਾਇਆ ਤੁਹਾਨੂੰ ਮੈਂ ਸੰਦੀਪ ਜੀ ਇੱਥੇ ਵੀ ਮੈਨੂੰ ਮੈਂ ਤਸਵੀਰਾਂ ਦੇਖੀਆਂ ਸੀ ਮੈਂ ਉਹੀ ਦੱਸ ਰਿਹਾ ਤੁਹਾਨੂੰ ਮੈਂ ਤਸਵੀਰਾਂ ਵੇਖ ਕੇ ਆਇਆ ਹਾਂ ਤੁਹਾਡੇ ਕੋਲੇ ਇਹ ਤੁਸੀਂ ਬੈੱਡ ਵਗੈਰਾ ਲਾਏ ਹੋਏ ਸੀਗੇ ਬੈੱਡ ਲਾਏ ਸੀਗੇ ਉਹ ਥੋੜਾ ਜਿਹਾ ਫਿਰ ਕਿਸਾਨ ਜਿਆਦਾ ਸਾਡੇ ਨਾਲ ਆਏ ਕਰਕੇ ਫਿਰ ਥੋੜੀ ਜੀ ਸੌਣ ਦੀ ਦਿੱਕਤ ਹੋ ਰਹੀ ਸੀ ਅਸੀਂ ਬੈੱਡ ਲਾਇਏ ਸੀ 2 2 ਫੁੱਟ ਦੇ ਬਣਾਏ ਸੀ ਚਾਰ ਬੈੱਡ ਤੇ ਉਹ ਅਸੀਂ ਫਿਰ ਕੱਢ ਦਿੱਤੇ ਤੇ ਗੱਦੇ ਲਾਤੇ ਤਾਂ ਕਿ ਜਿਆਦਾ ਜਣੇ ਇਹਦੇ ਅੰਦਰ ਸੌਂ ਸਕੀ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਚਲੋ ਮੈਂ ਵੀ ਤੁਹਾਨੂੰ ਜਿਆਦਾ ਪਰੇਸ਼ਾਨ ਨਹੀਂ ਕਰਦਾ ਤੁਸੀਂ ਆਰਾਮ ਕਰੋ ਹਾਂ ਜੀ ਧੰਨਵਾਦ ਜੀ ਬਹੁਤ ਬਹੁਤ ਏ ਸੰਦੀਪ ਸਾਡੇ ਨਾਲ ਮੌਜੂਦ ਸੀਗੇ ਸੰਦੀਪ ਪੀਲੀ ਪੀਲੀ ਪੀਤੋ ਆਇਆ ਤੇ ਜਦੋਂ ਸਾਰਿਆਂ ਨੇ ਇਹ ਖਬਰਾਂ ਚਲੀਆਂ ਕਿ ਹਾਈ ਟੈਕ ਟਰਾਲੀ ਹੈਗੀ ਹੈ ਮੈਂ ਇਸ ਨੂੰ ਇਹ ਕਹਿ ਕੇ ਮੰਨਦਾ ਹੈ ਕਿ ਹਾਈ ਟੈਕ ਟਰਾਲੀ ਦੇ ਨਾਲ ਹਾਈ ਟੈਕ ਕਿਸਾਨ ਆ ਵਿਗਿਆਨੀ ਆ ਇਹ ਕਿਸਾਨ ਇਹਨੂੰ ਸਮਝ ਆਇਆ ਕਿ ਕਿਸ ਤਰੀਕੇ ਦੇ ਬੰਦੋਬਸਤ ਹੋਣੇ ਚਾਹੀਦੇ ਕਿਵੇਂ ਜਾਣਾ ਚਾਹੀਦਾ ਇਹਨੂੰ ਪਤਾ ਹੈ ਕਿ ਅੰਦੋਲਨ ਦਾ ਜਿਹੜਾ ਉਹ ਕਿਵੇਂ ਚੱਲਦਾ ਤੇ ਅੰਦੋਲਨ ਜੇ ਲੰਮਾ ਹੋ ਜਾਊਗਾ ਤੇ ਉਸ ਲਈ ਵੀ ਬੰਦੋਬਸਤ ਕੀਤੇ ਹੋਇਆ ਇਸ ਲਈ ਏਸੀ ਵੀ ਲਾਏ ਹੋਇਆ ਇਸ ਲਈ ਪੱਖਿਆਂ ਦਾ ਇੰਤਜ਼ਾਮ ਵੀ ਕੀਤਾ ਹੋਇਆ ਟੀਵੀ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੀ ਫ੍ਰਿਜ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੀ ਹਾਲਾਂਕਿ ਕੋਈ ਸਾਡੇ ਹੀ ਭਾਈਚਾਰੇ ਨੇ ਖਬਰਾਂ ਇਸ ਤਰੀਕੇ ਨਾਲ ਪੇਸ਼ ਕੀਤੀਆਂ ਕਿ ਇਹਨਾਂ ਨੂੰ ਇਹ ਸਾਰੇ ਬੰਦੋਬਸਤ ਹਟਾਣੇ ਪਏ ਪਰ ਜਿਸ ਤਰੀਕੇ ਨਾਲ ਇਹਨਾਂ ਨੇ ਤਿਆਰੀ ਕੀਤੀ ਹੋਈ ਹੈ ਉਸ ਤੋਂ ਸਰਕਾਰ ਨੂੰ ਵੀ ਸਮਝ ਆ ਜਾਵੇਗਾ ਕਿ ਇਹਨਾਂ ਦੀ ਤਿਆਰੀ ਛੋਟੀ ਮੋਟੀ ਨਹੀਂ ਹੈਗੀ ਇਹ ਤਿਆਰੀ ਪੂਰੀ ਕਰਕੇ ਆਏ ਆ ਜੇ ਸਰਕਾਰਾਂ ਕੋਲੇ ਹਾਈ ਟੈਕ ਸਾਰੇ ਬੰਦੋਬਸਤ ਹੈਗੇ ਤਾਂ ਕਿਸਾਨ ਕੋਲੇ ਵੀ ਹਾਈ ਟੈਕ ਬੰਦੋਬਸਤ ਹੈਗੇ ਆ ਦਿੱਲੀ ਦੇ ਗਾਜ਼ੀਪੁਰ ਬਾਰਡਰ ਤੋਂ ਕੈਮਰਾ ਪਰਸਨ ਪ੍ਰਦੀਪ ਦੇ ਨਾਲ ਮਕੇਪੀ ਸਿੰਘ ਜਸ ਪੰਜਾਬੀ ਦੇਲੇ